ਰੈਡੀ ਹਜਾਬ ਨੂੰ ਲੈ ਕੇ ਈਰਾਨ ਵਿੱਚ ਫੈਲੀ ਬੇहद ਬੇਚੈਨੀ ਖਤਮ ਹੋਣ ਦਾ ਨਾ ਨਹੀਂ ਲੈ ਰਹੀ ਸਗੋਂ ਦਿਨ-ਪ੍ਰਤੀ ਦਿਨ ਇਹ ਵੱਧਦੀ ਹੀ ਦਿਖਾਈ ਦੇ ਰਹੀ ਹੈ ਡੰਡੀ ਈਰਾਨ ਵਿੱਚ ਲਗਭਗ 4 ਦਹਾਕੇ ਪਹਿਲਾਂ ਇਸਲਾਮਿਕ ਰਾਜ ਕਾਇਮ ਕੀਤਾ ਗਿਆ ਸੀ ਡੰਡੀ ਸਾਲ 1979 ਵਿਚ ਈਰਾਨ ਦੇ ਹੁਕਮਰਾਨ ਸ਼ਾ ਮੁਹੰਮਦ ਰਜਾ ਪਹਿਲਵੀ ਵਿਰੁੱਧ ਵੱਡੀ ਲੋਕ ਲਹਿਰ ਉੱਠੀ ਸੀ ਜੋ ਬਗਾਵਤ ਵਿੱਚ ਬਦਲ ਗਈ ਸੀ ਡੰਡੀ ਇਸ ਨੂੰ ਇਸਲਾਮਿਕ ਕ੍ਰਾਂਤੀ ਕਿਹਾ ਗਿਆ ਸੀ ਡੰਡੀ ਸ਼ਾ ਮੁਹੰਮਦ ਪਹਿਲਵੀ ਦੇਸ਼ ਵਿੱਚ ਆਧੁਨਿਕਤਾ ਸਥਾਪਿਤ ਕਰਨਾ ਚਾਹੁੰਦੇ ਸੰ ਡੰਡੀ ਉਹ ਜੂਰਪਾਤੇ ਅਮਰੀਕਾ ਦੀ ਤਰਜ਼ ਉੱਤੇ ਈਰਾਨ ਦੇ ਸਮਾਜ ਨੂੰ ਬਦਲਣ ਦੇ ਚਾਹਵਾਨ ਸਨ ਪਰ ਧਾਰਮਿਕ ਨੇਤਾ ਆਇਤ ਉਲਾ ਖੂਮੇਨੀ ਦੀ ਅਗਵਾਈ ਵਿੱਚ ਸ਼ਾ ਮੁਹੰਮਦ ਰਜ਼ਾ ਪਹਿਲਵੀ ਦਾ ਤਖਤਾ ਪਲਟ ਦਿੱਤਾ ਗਿਆ ਡੰਡੀ ਉਸ ਤੋਂ ਬਾਅਦ ਉੱਥੇ ਸ਼ਰੀਅਤ ਉੱਤੇ ਆਧਾਰਿਤ ਕਾਨੂੰਨ ਬਣਾ ਦਿੱਤੇ ਗਏ ਡੰਡੀ ਮੁਸਲਮਾਨਾ ਵਿੱਚ ਸੁੰਨੀ ਅਤੇ ਸ਼ੀਆ ਵੱਡੇ ਫਿਰਕੇ ਹਨ ਜਿਨ੍ਹਾਂ ਦਾ ਸਦੀਆਂ ਤੋਂ ਸੰਧਾਂਤਕ ਤੌਰ ਉੱਤੇ ਆਪਸੀ ਵਿਰੋਧ ਚੱਲਿਆ ਆ ਰਿਹਾ ਹੈ ਡੰਡੀ ਈਰਾਨ ਹੀ ਇੱਕ ਅਜਿਹਾ ਮੁਲਕ ਹੈ ਜਿੱਥੇ ਸ਼ੀਆ ਫਿਰਕੇ ਦੇ ਲੋਕ ਬੌ ਗਿਣਤੀ ਵਿੱਚ ਹਨ ਡੰਡੀ 40 ਸਾਲ ਪਹਿਲਾਂ ਖੁਮੈਨੀ ਦੀ ਅਗਵਾਈ ਵਿੱਚ ਨਵਾਂ ਸੰਵਿਧਾਨ ਅਪਣਾ ਕੇ ਈਰਾਨ ਨੂੰ ਇਸਲਾਮਿਕ ਰਿਪਬਲਿਕ ਵਿੱਚ ਬਦਲ ਦਿੱਤਾ ਗਿਆ ਸੀ ਡੰਡੀ ਇਸ ਵਿੱਚ ਔਰਤਾਂ ਪ੍ਰਤੀ ਬਹੁਤ ਸਾਰੀਆਂ پابੰਦੀਆਂ ਆਇਦ ਕਰ ਦਿੱਤੀਆਂ ਗਈਆਂ ਸਨ ਡੰਡੀ ਦੇਸ਼ ਵਿੱਚ ਤਖਤਾ ਪਲਟਾ ਹੋਣ ਦਾ ਜ਼ਿਕਰ ਜ਼ਿਆਦਾਤਰ ਔਰਤਾਂ ਰੈਡੀ ਹੀ ਹੋਈਆਂ ਜਿੰਨਾ ਉੱਤੇ ਕਈ ਤਰ੍ਹਾਂ ਦੀਆਂ ਬੰਦਸ਼ਾਂ ਲਾਈਆਂ ਗਈਆਂ ਡੰਡੀ ਦਿਨ ਪ੍ਰਤੀ ਦਿਨ ਇਹਨਾਂ ਕਾਨੂੰਨਾਂ ਨੂੰ ਹੋਰ ਵੀ ਸਖਤ ਕੀਤਾ ਜਾਂਦਾ ਰਿਹਾ ਡੰਡੀ ਕਦੀ ਬੇहद ਖੁੱਲਾ ਡੁੱਲਾ ਬਾਰੇ ਦੇਸ਼ ਵਿੱਚ ਔਰਤ ਲਈ ਹਜਾਬ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਡੰਡੀ ਇੱਥੋਂ ਤੱਕ ਕਿ ਉਹਨਾਂ ਲਈ ਡਰੈੱਸ ਕੋਡ ਦਾ ਵੀ ਐਲਾਨ ਕਰ ਦਿੱਤਾ ਗਿਆ ਡੰਡੀ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਹੁੰਦੇ ਰਹੇ ਪਰ ਹੁਕਮਰਾਨਾਂ ਵੱਲੋਂ ਇਹਨਾਂ ਨੂੰ ਸ਼ਕਤੀ ਨਾਲ ਦਬਾ ਦਿੱਤਾ ਜਾਂਦਾ ਰਿਹਾ ਡੰਡੀ ਈਰਾਨ ਦੇ ਸੰਵਿਧਾਨ ਅਨੁਸਾਰ ਉੱਥੇ ਦਾ ਪ੍ਰਮੁੱਖ ਧਾਰਮਿਕ ਆਗੂ ਹੀ ਸਰਬਉੱਚ ਮੰਨਿਆ ਜਾਂਦਾ ਹੈ ਡੰਡੀ ਉਸ ਦੀਆਂ ਸ਼ਕਤੀਆਂ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਪਰ ਅਜਿਹੇ ਮਾਹੌਲ ਵਿੱਚ ਵੱਡੀ ਗਿਣਤੀ ਵਿੱਚ ইরਾਨੀ ਔਰਤਾਂ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਖੁੱਲ੍ਹ ਕੇ ਨਹੀਂ ਵਿਚਰ ਸਕੀਆਂ ਇਸ ਕਾਰਨ ਉਹਨਾਂ ਵਿੱਚ ਬੇਚੈਨੀ ਸੀ ਡੰਡੀ ਅੰਦਰੋਂ ਅੰਦਰ ਲਗਾਤਾਰ ਧੁਖ ਰਹੇ ਧੂਏ ਨੂੰ ਚਿੰਗਾਰੀ ਪਿਛਲੇ ਮਹੀਨੇ 13 ਸਤੰਬਰ ਨੂੰ ਮਿਲੀ ਜਦੋਂ 22 ਸਾਲਾ ਔਰਤ ਮਹਾਸਾ ਅਮੀਨੀ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਕਿ ਉਸ ਦਾ ਪਹਿਰਾਵਾ ਇਸਲਾਮਿਕ ਕਾਨੂੰਨ ਦੇ ਮੁਤਾਬਕ ਨਹੀਂ ਸੀ ਡੰਡੀ ਤਿੰਨ ਦਿਨਾਂ ਬਾਅਦ ਪੁਲਿਸ ਹਿਰਾਸਤ ਵਿੱਚ ਇਸ ਲੜਕੀ ਦੀ ਮੌਤ ਹੋ ਗਈ ਡੰਡੀ ਹਿਰਾਸਤ ਵਿੱਚ ਉਸ ਦੀ ਪੁਲਿਸ ਵੱਲੋਂ ਮਾਰਕੁਟਾਈ ਦਾ ਦੋਸ਼ ਵੀ ਲੱਗਾ ਡੰਡੀ 17 ਸਤੰਬਰ ਨੂੰ ਉਸ ਦੇ ਜਨਾਜ਼ੇ ਉੱਤੇ ਲੋਕ ਭੜਕ ਪਏ ਡੰਡੀ ਹੁਣ ਤੱਕ ਇਹ ਚਿੰਗਾਰੀ ਦੇਸ਼ ਵਿੱਚ ਭੰਬੜਾ ਦਾ ਰੂਪ ਧਾਰਨ ਕਰ ਚੁੱਕੀ ਹੈ ਡੰਡੀ